ਖਤਰਾ ਅਸੀਂ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਕਿ ਕੱਲ ਨਾਮਜ਼ਦਗੀ ਪੱਤਰਾਂ ਦਾ ਆਖਰੀ ਦਿਨ ਤੇ ਹੁਣ ਜੋ ਤਿਆਰੀਆਂ ਹੋ ਰਹੀਆਂ ਰੂਲਿੰਗ ਪਾਰਟੀਆਂ ਵੱਲੋਂ ਕਿ ਕੱਲ ਬਹੁਤ ਥਾਵਾਂ ਦੇ ਉੱਤੇ ਇਦਾਂ ਦੇ ਸੰਕੇਤ ਮਿਲ ਰਿਹਾ ਤੇ ਅਸੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਉੱਥੇ ਤੱਕ ਪਹੁੰਚਣ ਨਹੀਂ ਦੇਣਾ, ਕਿਸੇ ਦੇ ਰਾਹ 'ਚ ਪੇਪਰ ਖੋਹਣੇ ਆ, ਕਿਸੇ ਨੂੰ ਧਮਕਾਉਣਾ ਆ, ਔਰ ਜੇ ਕਿਸੇ ਜਗ੍ਹਾ ਤੇ ਬਦਮਾਸ਼ੀ ਕੀਤੀ ਜਾਂਦੀ ਹੈ, ਕੋਈ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤੇ ਉੱਥੇ ਤੁਰੰਤ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਆਵੇ ਤੇ ਇਨਸ਼ੋਰ ਕਰੇ। ਡੈਮੋਕਰੇਸੀ ਨੂੰ ਬਚਾਉਣ ਦਾ ਸਵਾਲ ਹੈ, ਕਿਉਂਕਿ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਗਰਾਸ ਰੂਟ ਦੀ ਡੈਮੋਕਰੇਸੀ ਹੈ ਉਹਦਾ ਕਤਲ ਕਰਨ 'ਤੇ ਤੁੱਲੀ ਹੋਈ। ਬੀਜੇਪੀ ਬੜੀ ਆਪਣੇ ਆਪ ਨੂੰ ਅਨੁਸ਼ਾਸਨ ਪਸੰਦ ਜਿਹੜੀ ਪਾਰਟੀ ਹੈ ਉਹਦਾ ਹੋਣ ਦਾ ਦਾਅਵਾ ਕਰਦੀ। ਹੁਣ ਪਿੱਛੇ ਪਾਰਟੀ ਦੇ ਪ੍ਰਧਾਨ ਨੇ ਵੀ ਬੁਲਾ ਕੇ ਅਤੇ ਉਹਨੂੰ ਕਹਿਤਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਫਿਰ ਉਸ ਤੋਂ ਬਾਅਦ ਵੀ ਜੇ ਕੋਈ ਕੁੜੱਤਣ ਵਾਲੇ ਨਫ਼ਰਤ ਵਾਲੇ ਬਿਆਨ ਦੇਈ ਜਾਂਦਾ ਤਾਂ ਮੈਂ ਤਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਪੁੱਛਦਾ ਕਿ ਤੁਸੀਂ ਇੰਨੇ ਹੈਲਪਲੈਸ ਕਿਉਂ ਹੋ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਰਾਜ ਕਮਲ ਚੌਧਰੀ ਸਾਹਿਬ, ਉਹਨਾਂ ਨੂੰ ਤਿੰਨੇ ਜਣੇ ਮਿਲ ਕੇ ਆਏ ਆ, ਸਰਦਾਰ ਅਰਸ਼ਦੀਪ ਸਿੰਘ ਕਲੇਰ ਜਿਹੜੇ ਸਾਡੇ ਲੀਗਲ ਵਿੰਗ ਦੇ ਪਾਰਟੀ ਦੇ ਪ੍ਰਧਾਨ, ਔਰ ਸਰਦਾਰ ਸਰਬਜੀਤ ਸਿੰਘ ਢਿੰਗਰ ਸਾਹਿਬ ਸਾਡੇ ਯੂਥ ਦੇ ਪ੍ਰਧਾਨ, ਇਹ ਵੀ ਮੇਰੇ ਨਾਲ ਹਾਜ਼ਰ ਸੀਗੇ। ਔਰ ਅਸੀਂ ਇਲੈਕਸ਼ਨ ਕਮਿਸ਼ਨ ਦਾ ਪਹਿਲੀ ਤਾਂ ਗੱਲ ਧੰਨਵਾਦ ਵੀ ਕੀਤਾ ਕਿ ਕੁਝ ਅੱਛੇ ਸਟੈਪ ਜਿਹੜੇ ਆ ਉਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਸਿਸਟਮ ਬਹੁਤ ਥੱਲੇ ਜਾ ਚੁੱਕਿਆ, ਕਿਉਂਕਿ ਕਾਂਗਰਸ ਦੇ ਜਿਹੜਾ 2018 ਦੀਆਂ ਚੋਣਾਂ ਦੇ ਵਿੱਚ ਬਹੁਤ ਮਾੜਾ ਹਾਲ ਸੀ ਇਸੇ ਕਮਿਸ਼ਨ ਦਾ। ਬਹੁਤ ਵਾਰੀ ਅਸੀਂ ਡੈਪੂਟੇਸ਼ਨ ਲੈ ਕੇ ਇੱਥੇ ਆਉਂਦੇ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ, ਪਰ ਹੁਣ ਰਾਜ ਕਮਲ ਚੌਧਰੀ ਜੀ ਨੇ ਕੁਝ ਸਿਸਟਮ ਦੇ ਵਿੱਚ ਜਾਣ ਪਾਈ ਹੈ ਕਮਿਸ਼ਨ ਦੇ ਵਿੱਚ, ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਬੜਾ ਸੈਂਸਿਟਿਵ ਸਮਾਂ ਅਤੇ ਉਸੇ ਤਰ੍ਹਾਂ ਹੀ ਕਮਿਸ਼ਨ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅਤੇ ਪੂਰੀ ਜ਼ੋਰ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇਗਾ। ਹੁਣ ਜਿਹੜਾ ਅਸੀਂ ਖਤਰਾ ਮੁੱਖ ਤੌਰ ਦੇ ਉੱਤੇ ਜੋ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਟੈਲੀਫੋਨ ਪਾਰਟੀ ਦਫ਼ਤਰ ਦੇ ਵਿੱਚ ਆ ਰਿਹਾ ਦਾਖਲ ਹੋਣੀਆਂ, ਕਮਿਸ਼ਨ ਇਸ ਚੀਜ਼ ਨੂੰ ਇਨਸ਼ੋਰ ਕਰੇ, ਥੱਲੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਆਦੇਸ਼ ਦੇਵੇ ਕਿ ਜਿਹੜੀ ਫ੍ਰੀ ਮੂਵਮੈਂਟ ਆ ਕਿਸੇ ਵੀ ਜਿਹੜਾ ਉਮੀਦਵਾਰ ਦੀ ਘਰ ਤੋਂ ਲੈ ਕੇ ਅਤੇ ਉਹਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੱਕ ਕਿਤੇ ਵੀ ਕਿਸੇ ਤਰ੍ਹਾਂ ਦੀ ਆਲੇ ਦੁਆਲੇ ਬੀ ਡੀ ਓ ਦਫ਼ਤਰ ਦੇ ਜਾਂ ਜਿੱਥੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਆ ਉਹ ਨਹੀਂ ਹੋਣੀ ਚਾਹੀਦੀ, ਔਰ ਜੇ ਕਿਸੇ ਜਗ੍ਹਾ 'ਤੇ ਬਦਮਾਸ਼ੀ ਕੀਤੀ ਜਾਂਦੀ ਹੈ, ਕੋਈ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਉੱਥੇ ਤੁਰੰਤ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਆਵੇ ਅਤੇ ਇਨਸ਼ੋਰ ਕਰੇ ਕਿ ਜੇ ਕਿਸੇ ਦੇ ਨਾਮਜ਼ਦਗੀ ਪੱਤਰ ਖੋਹ ਵੀ ਲਏ ਗਏ ਆ ਤਾਂ ਉਹਨੂੰ ਐਕਸਟਰਾ ਟਾਈਮ ਭਾਵੇਂ ਦੇਣਾ ਪਵੇ, ਉਹਦੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਹਰ ਹਾਲਤ ਦੇ ਵਿੱਚ ਜਿਹੜੇ ਆ ਉਹ ਦਾਖਲ ਕਰਾਏ ਜਾਣ। ਅਸੀਂ ਤਾਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੀਆਂ ਵੀਡੀਓਗ੍ਰਾਫੀ ਵਾਸਤੇ ਟੀਮਾਂ ਲਾ ਦਿਓ ਵੀ ਜਿੱਥੇ ਕਿਤੇ ਇੱਦਾਂ ਦੀ ਅਧੇਰਗਰਦੀ ਹੋਵੇ, ਪਰ ਕਮਿਸ਼ਨ ਦੀ ਥੋੜ੍ਹੀ ਜਿਹੀ ਉਹਨਾਂ ਨੇ ਇਸ ਗੱਲ ਦੇ ਉੱਤੇ ਸਾਨੂੰ ਇਹ ਕਿਹਾ ਵੀ ਸਮਾਂ ਘੱਟ ਹੈ, ਵੀ ਅਸੀਂ ਇੰਨੇ ਥਾਵਾਂ 'ਤੇ ਨਹੀਂ ਕਰ ਸਕਣਾ,
ਤੇ ਤੁਹਾਨੂੰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਇਸ ਗੱਲ 'ਤੇ ਕੱਲ੍ਹ ਪਹਿਰਾ ਦਿਓ ਪੰਜਾਬ ਦੇ ਵਿੱਚ। ਸਾਰੇ ਮੀਡੀਆ ਨੂੰ ਮੈਂ ਬੇਨਤੀ ਕਰਦਾ ਕਿ ਡੈਮੋਕ੍ਰੇਸੀ ਨੂੰ ਬਚਾਉਣ ਦਾ ਸਵਾਲ ਹੈ, ਕਿਉਂਕਿ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਗਰਾਸ ਰੂਟ ਦੀ ਡੈਮੋਕ੍ਰੇਸੀ ਆ ਉਹਦਾ ਕਤਲ ਕਰਨ 'ਤੇ ਤੁਲੀ ਹੋਈ। ਦਾਅਵੇ ਤਾਂ ਬੜੇ ਵੱਡੇ ਵੱਡੇ ਕਰਦੇ ਸੀ, ਪਰ ਹਾਲਤ ਇਸ ਵੇਲੇ ਥੱਲੇ ਜਿਹੜੀ ਆ ਉਹ ਇਹ ਹੈ ਕਿ ਸਾਰੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ, ਕਿ ਜਿਨ੍ਹਾਂ ਨੇ NOC ਦੇਣੀ ਹੈ ਉਹ MLA ਦੇ ਦਫ਼ਤਰਾਂ 'ਚ ਬੈਠੇ ਆ, ਜਿਨ੍ਹਾਂ ਨੇ ਕੋਈ ਹੋਰ ਡਾਕੂਮੈਂਟ ਮੁਹੱਈਆ ਕਰਾਉਣਾ ਉਹ ਇਹਨਾਂ ਦੇ ਅਧਿਕਾਰੀਆਂ ਦੇ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੇ ਕੋਲ ਬੈਠੇ ਆ, ਅਤੇ ਦੂਜੇ ਲੋਕ ਉਹਨਾਂ ਨੂੰ ਲੱਭਦੇ ਫਿਰਦੇ ਆ। ਕਿੰਨੇ ਥਾਵਾਂ 'ਤੇ ਰਿਪੋਰਟਾਂ ਆਈਆਂ, ਲੋਕਾਂ ਨੇ ਵੀਡੀਓ ਬਣਾ ਕੇ ਦਿਖਾਇਆ ਕਿ ਜਿੱਥੇ ਡਾਕੂਮੈਂਟ ਮਿਲਣੇ ਆ ਉਹ ਕੁਰਸੀਆਂ ਖਾਲੀ ਆ, ਉੱਥੇ ਕੋਈ ਬੈਠ ਨਹੀਂ ਰਿਹਾ। ਇਸ ਕਰਕੇ ਅਸੀਂ ਕਮਿਸ਼ਨ ਦੇ ਇੱਕ ਤਾਂ ਇਹ ਬੇਨਤੀ ਕੀਤੀ ਹੈ ਕਿ ਕੱਲ੍ਹ ਵਾਸਤੇ ਇੱਕ ਫਰੀ ਐਂਡ ਫੇਅਰ ਜਿਹੜਾ ਮਾਹੌਲ ਹੈ, ਸ਼ਾਂਤੀ ਦਾ ਮਾਹੌਲ ਹੈ, ਉਹ ਸਾਰੇ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਵਾਸਤੇ ਹੋਣਾ ਚਾਹੀਦਾ। ਉਹਦੇ ਵਾਸਤੇ ਕਮਿਸ਼ਨ ਮੁਸਤੈਦੀ ਦੇ ਨਾਲ ਸਾਰੀ ਅੱਖ ਜਿਹੜੀ ਹੈ ਇਸ ਪ੍ਰਕਿਰਿਆ 'ਤੇ ਰੱਖੇ। ਔਰ ਜਿਹੜਾ ਉਸ ਤੋਂ ਖਤਰਨਾਕ ਸਮਾਂ ਉਹ ਹੈਗਾ 5 ਤਰੀਕ, ਜਿਸ ਦਿਨ ਨਾਮਜ਼ਦਗੀਆਂ ਦੀ ਪੜਤਾਲ ਹੋਣੀ ਹੈ। ਉਹ ਅਸੀਂ ਕੱਲ੍ਹ ਵੀ ਇਹਨਾਂ ਨੂੰ ਲਿਖ ਕੇ ਭੇਜਿਆ ਸੀ, ਅੱਜ ਵੀ ਅਸੀਂ ਫਿਰ ਕਿਹਾ ਕਿ ਉਹਦੀ ਵੀਡੀਓਗ੍ਰਾਫੀ ਕਰਾਓ, ਕਿ ਕੋਈ ਔਖਾ ਕੰਮ ਨਹੀਂ ਹੈ, ਉਹਦੀ ਤਾਂ ਘੱਟੋ ਘੱਟ ਵੀਡੀਓਗ੍ਰਾਫੀ ਕਰਾਓ ਕਿ ਜੇ ਗਲਤ ਅੰਦਰ ਕੋਈ ਬੰਦਾ ਕੀ ਕਹਿ ਰਿਹਾ, ਰਿਟਰਨਿੰਗ ਅਫਸਰ ਕੀ ਕਹਿ ਰਿਹਾ, ਸਾਰੀ ਗੱਲਬਾਤ ਸੁਣੀ ਜਾ ਸਕੇ, ਟ੍ਰਾਂਸਪਰੈਂਸੀ ਹੋਵੇ। ਪਰ ਹਾਲੇ ਕਮਿਸ਼ਨ ਨੇ ਉਹਦੇ 'ਤੇ ਹਾਮੀ ਨਹੀਂ ਭਰੀ, ਅਸੀਂ ਬੇਨਤੀ ਕਰਕੇ ਆਏ ਹਾਂ ਅਤੇ ਆਸ ਕਰਦੇ ਹਾਂ ਕਿ ਸ਼ਾਇਦ ਇਹ ਚੀਜ਼ ਹੋ ਜਾਵੇ। ਪਰ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਹਰ ਇੱਕ ਦਾ ਹੱਕ ਹੈ ਕਿ ਉਹ ਚੋਣ ਲੜੇ। ਇੱਕ ਚੁੱਲ੍ਹਾ ਟੈਕਸ ਵਾਲਾ ਮੁੱਦਾ ਅਸੀਂ ਅੱਜ ਵੀ ਉਹਨਾਂ ਨੂੰ ਕਿਹਾ ਕਿ ਇਹ ਬਹੁਤ ਹੀ ਇੱਕ ਇਹੋ ਜਿਹਾ ਟੈਕਸ ਹੈ ਜਿਹਦੇ ਨਾਂ ਦੇ ਉੱਤੇ 7 ਰੁਪਏ ਸਾਲ ਦਾ ਇਕੱਲਾ ਬਣਦਾ। ਅਤੇ ਅਸੀਂ ਹੁਣ ਵੀ ਕਿਹਾ ਸੀ ਕਿ ਤੁਸੀਂ ਕਹਿੰਦੇ ਕਿ ਅਸੀਂ ਹਦਾਇਤਾਂ ਕਰ ਦਿੱਤੀਆਂ, ਪਰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਤੁਸੀਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਵੀ ਦੱਸੋ ਕਿ ਜੇ ਕਿਸੇ ਦਾ ਚੁੱਲ੍ਹਾ ਟੈਕਸ ਰਹਿੰਦਾ ਵੀ ਆ, ਫਰਜ਼ ਕਰ ਲਓ ਕਿਸੇ ਦਾ 20 ਸਾਲ ਦਾ ਵੀ ਚੁੱਲ੍ਹਾ ਟੈਕਸ ਰਹਿੰਦਾ, 140 ਰੁਪਏ ਆ, ਉਹ 140 ਰੁਪਏ ਉਹਦੇ ਜਮ੍ਹਾਂ ਕਰਾ ਲਓ ਰਿਟਰਨਿੰਗ ਅਫਸਰ, ਆਪੇ ਗੱਲ ਖਤਮ ਹੋ ਗਈ। ਕਿ ਬਹੁਤ ਵੱਡਾ ਕੰਮ ਨਹੀਂ, ਜੇ 10 ਸਾਲ ਦਾ ਤਾਂ ਇਕੱਲੇ ਉਹਦੇ 70 ਰੁਪਏ ਬਣਦੇ, ਜੇ 5 ਸਾਲ ਦਾ ਤਾਂ 35 ਰੁਪਏ ਬਣਦੇ। ਸਾਡੀ ਗੱਲ ਨੂੰ ਉਹਨਾਂ ਨੇ ਹਮਦਰਦੀ ਨਾਲ ਸੁਣਿਆ ਕਿ ਗੱਲ ਵਾਜਬ ਹੈ, ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇੰਪਲੀਮੈਂਟ ਕਰਾਓ, ਕਿਉਂਕਿ ਕਮਿਸ਼ਨ ਨੇ ਹਦਾਇਤਾਂ ਚੰਗੀਆਂ ਦਿੱਤੀਆਂ ਸੀ ਕਿ ਜੇ ਕਿਸੇ ਵੀ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰ ਦੇ ਵਿਰੁੱਧ ਕੋਈ ਬਕਾਇਆ ਅਤੇ BDO ਦਫ਼ਤਰ ਦੀ ਡਿਊਟੀ ਬਣਦੀ ਹੈ ਕਿ ਰਿਟਰਨਿੰਗ ਅਫਸਰ ਨੂੰ ਲਿਖਤੀ ਰੂਪ ਦੇ ਵਿੱਚ ਦੇਵੇ ਕਿ ਇਹਦੇ ਕੋਲ ਇੰਨਾ ਬਕਾਇਆ ਲੈਣਾ। ਪਰ ਥੱਲੇ ਜ਼ਮੀਨ 'ਤੇ ਜਾ ਕੇ ਦੇਖ ਲਓ, ਕਿਸੇ ਵੀ BDO ਦਫ਼ਤਰ ਨੇ ਰਿਟਰਨਿੰਗ ਅਫਸਰ ਨੂੰ ਕੋਈ ਲਿਸਟ ਬਣਾ ਕੇ ਨਹੀਂ ਦਿੱਤੀ। ਕਿਸੇ ਰਿਟਰਨਿੰਗ ਅਫਸਰ ਨੂੰ ਪੁੱਛ ਲਓ ਕਿ ਤੇਰੇ ਕੋਲ ਲਿਸਟ ਹੈ ਕੋਈ, ਕਿ ਜੇ ਤੂੰ ਚੈੱਕ ਕਰਨਾ ਹੋਵੇ, ਹੈ ਹੀ ਨਹੀਂ। ਅਸੀਂ ਕਿਹਾ ਕਿ ਤੁਸੀਂ ਹਦਾਇਤ ਜਿਹੜੀ ਦਿੱਤੀ ਹੈ ਉਹ ਚੰਗੀ ਦਿੱਤੀ ਹੈ, ਵੈਲਕਮ ਕਰਦੇ ਉਹਨੂੰ, ਪਰ ਉਹ ਥੱਲੇ ਲਾਗੂ ਨਹੀਂ ਹੋਈ। ਹੁਣ ਉਹਦਾ ਦੂਜਾ ਇਲਾਜ ਇਹ ਹੈ ਕਿ ਤੁਸੀਂ ਹਦਾਇਤ ਅੱਜ ਸਖਤੀ ਨਾਲ ਕਰ ਦਿਓ ਕਿ ਜੇ ਕਿਸੇ ਦਾ ਪੜਤਾਲ ਦੇ ਦੌਰਾਨ ਕੋਈ ਬਕਾਇਆ ਚੁੱਲ੍ਹਾ ਟੈਕਸ ਦਾ ਕੱਢਿਆ ਜਾਂਦਾ ਤਾਂ ਕੋਈ ਗੱਲ ਨਹੀਂ, ਉਹਦਾ ਮੌਕੇ ਦੇ ਉੱਤੇ ਉਹਨੂੰ ਜਿਹੜਾ ਹੱਕ ਦਿੱਤਾ ਜਾਵੇ। ਜਿਵੇਂ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦਾ ਅਸੀਂ ਉਦਾਹਰਣ ਵੀ ਦੇ ਕੇ ਆਇਆ ਕਿ ਉਹਨੇ ਸੁਖਾਲਾ ਕਰ ਦਿੱਤਾ ਨਾਮਜ਼ਦਗੀਆਂ ਦਾ ਕੰਮ, ਉੱਥੇ ਰਿਟਰਨਿੰਗ ਅਫਸਰ ਆਪ ਇਨਸ਼ੋਰ ਕਰਦਾ ਕਿ ਕੋਈ ਗਲਤੀ ਨਾ ਹੋਵੇ ਨਾਮਜ਼ਦਗੀ ਪੱਤਰਾਂ ਦੇ ਵਿੱਚ, ਉਹ ਆਪ ਇਨਸ਼ੋਰ ਕਰਦਾ ਜੇ ਕੋਈ ਗਲਤੀ ਹੋਵੇ ਮੌਕੇ 'ਤੇ ਠੀਕ ਕਰਾਉਂਦੇ ਆ ਕਿ ਇਹ ਤੁਹਾਡੇ ਨਾਮਜ਼ਦਗੀ ਪੱਤਰ ਦੇ ਵਿੱਚ ਗਲਤੀ ਹੈ, ਇਹਨੂੰ ਠੀਕ ਕਰੋ।
ਤੇ ਅਖੀਰ ਦੇ ਉੱਤੇ ਉਹ ਆਪ ਰਸੀਦ ਦਿੰਦੇ ਆ ਕਿ ਤੁਹਾਡੇ ਡਾਕੂਮੈਂਟ ਸਾਰੇ ਕੰਪਲੀਟ ਆ, ਜੇ ਕੋਈ ਘੱਟ ਹੋਵੇ ਤੇ ਉਹ ਲਿਖ ਕੇ ਦਿੰਦੇ ਆ ਕਿ ਆ ਤੁਸੀਂ ਇੰਨੀ ਤੱਕ ਸਮੇਂ ਤੱਕ ਇਹਨੂੰ ਜਮ੍ਹਾਂ ਕਰਾ ਦੇ। ਤੇ ਇੱਥੇ ਵੀ ਅਸੀਂ ਕਹਿ ਕੇ ਇਸ ਚੀਜ਼ ਨੂੰ ਤੁਸੀਂ ਇਨਸ਼ੋਰ ਕਰੋ, ਕਿਉਂਕਿ ਇਹ ਚੀਜ਼ਾਂ ਜ਼ਰੂਰੀ ਹੈ, ਜਿਹੜੀ ਗਰਾਸ ਰੂਟ ਡੈਮੋਕ੍ਰੇਸੀ ਹੈ ਉਹਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਜਿਹੜੀ ਗਿਣਤੀ ਵਾਲਾ ਕੰਮ ਹੈ ਉਹਦੇ ਵਾਸਤੇ ਹਾਲੇ ਅਸੀਂ ਦੁਬਾਰਾ ਤੁਹਾਡੇ ਕੋਲ ਫੇਰ ਆਵਾਂਗੇ, ਪਰ ਉੱਥੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੋਣੀ ਚਾਹੀਦੀ। ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਕੋਲ ਰੱਖ ਕੇ ਆਏ ਹਾਂ। ਕੁਛ ਸ਼ਿਕਾਇਤਾਂ ਸੀਗੀਆਂ ਅਫਸਰ ਸਾਹਿਬਾਨਾਂ ਦੀਆਂ, ਉਹ ਵੀ ਸਾਡੇ ਜਿਹੜੇ ਲੀਡਰ ਸਾਹਿਬਾਨਾਂ ਨੇ ਇਹਨਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਭੇਜੀਆਂ, ਉਹ ਅਸੀਂ ਵੀ ਉਹਨਾਂ ਨੂੰ ਲਿਖ ਕੇ ਦਿੱਤੀਆਂ। ਉਹਦੇ 'ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ਼ ਜਿਹੜੇ ਧਾਂਦਲੀਆਂ ਕਰਨ ਦੇ ਵਿੱਚ ਸਹਾਈ ਹੋ ਰਹੇ ਆ ਉਹਦੇ 'ਤੇ ਐਕਸ਼ਨ ਹੋਵੇ, ਉਹ ਵੀ ਅਸੀਂ ਲਿਖਤੀ ਰੂਪ ਦੇ ਵਿੱਚ ਦਿੱਤੇ। ਦੇਖੋ ਹੁਣ ਫਾਈਨੈਂਸ ਮਿਨਿਸਟਰ ਨੂੰ ਆਪ ਨੂੰ ਆਸ ਨਹੀਂ ਕਿ ਫ੍ਰੀ ਐਂਡ ਫੇਅਰ ਹੋਏਗੀ, ਹੁਣ ਤਾਂ ਹੀ ਤਾਂ ਅਸੀਂ ਡਰਦੇ ਹਾਂ ਵੀ ਸਰਕਾਰ ਦੋ ਫਾਈਨੈਂਸ ਮਿਨਿਸਟਰ ਨੂੰ ਵੀ ਨਹੀਂ ਪਤਾ, ਆਸ ਹੈਗੀ ਵੀ ਠੀਕ ਠਾਕ ਹੋਏਗੀ ਤੇ ਫਿਰ ਹੋਰ ਦੱਸੋ ਵੀ ਭਰੋਸਾ ਕਿੱਥੇ ਕਰੇ। ਦੇਖੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੀ ਪੰਚਾਇਤ ਹੈ ਨਾ ਇੱਕ ਬਹੁਤ ਸਾਡੀ ਮਹੱਤਵਪੂਰਨ ਸੰਸਥਾ, ਤੇ ਇੱਥੇ ਚੰਗੇ ਬੰਦੇ ਚੁਣ ਕੇ ਅੱਗੇ ਆਉਣੇ ਚਾਹੀਦੇ ਆ, ਪੈਸਿਆਂ ਦੇ ਨਾਲ ਇਹਦੀ ਬੋਲੀ ਨਹੀਂ ਲੱਗਣੀ ਚਾਹੀਦੀ। ਪਿੰਡ ਦੇ ਵਿੱਚ ਜਿਹੜਾ ਚੰਗਾ ਬੰਦਾ ਹੈ ਜਿਹੜਾ ਪਿੰਡ ਨੂੰ ਚੰਗੀ ਸੇਧ ਦੇ ਸਕਦਾ, ਪਿੰਡ ਦਾ ਸੁਧਾਰ ਕਰ ਸਕਦਾ, ਉਹ ਬੰਦਾ ਅੱਗੇ ਲਿਆਉਣਾ ਚਾਹੀਦਾ ਭਾਵੇਂ ਉਹ ਗਰੀਬ ਹੋਵੇ। ਇਸ ਸੋਚ ਦੇ ਨਾਲ ਹੀ ਅਸੀਂ ਸਹਿਮਤ ਨਹੀਂ ਹੈ ਕਿ ਤੁਸੀਂ ਜਿਹੜੀ ਪੈਸਿਆਂ ਪਿੱਛੇ ਆਪਣੇ ਪਿੰਡ ਨੂੰ ਵੇਚ ਦਿਓ। ਇਸ ਕਰਕੇ ਲੋਕਾਂ ਨੂੰ ਚੰਗੇ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ, ਪੈਸੇ ਦੇ ਸਹਾਰੇ ਕਿਸੇ ਨੂੰ ਨਹੀਂ ਹੋਣੀ ਚਾਹੀਦੀ। ਉਹ ਜੋ ਹੋਇਆ ਗਲਤ ਹੋਇਆ, ਅਸੀਂ ਉਹਨੂੰ ਅਪਰੂਵ ਨਹੀਂ ਕਰਦੇ। ਇਹ ਤਾਂ ਕੱਲ੍ਹ ਨੂੰ ਫਿਰ ਵੱਡੇ ਵੱਡੇ ਠੇਕੇਦਾਰ ਆ ਜਿਹੜੇ ਹੁਣ ਇੰਨਾ ਲੁੱਟ ਰਹੇ ਆ ਸਰਕਾਰਾਂ 'ਚ ਬਹਿ ਕੇ, ਇਹ ਕੱਲ੍ਹ ਨੂੰ ਜਿਹੜੇ ਆ ਅਸੈਂਬਲੀਆਂ ਦੇ ਵੀ ਬੋਲੀ ਲਾ ਦਿਆ ਕਰਨਗੇ। ਇੱਥੇ ਤਾਂ 500 ਹਜ਼ਾਰ ਕਰੋੜ ਹੈ, ਫਿਰ ਅਸੈਂਬਲੀਆਂ ਦਾ ਵੀ ਦੇ ਦਿਆ ਕਰਨਗੇ, ਫਿਰ ਲੋੜ ਹੀ ਕੀ ਹੈ ਬਾਕੀ ਸਿਸਟਮ ਦੀ। ਇਸ ਕਰਕੇ ਇਹ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਦੇਖੋ ਗੱਲ ਇਹ ਹੈ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਜਾਖੜ ਸਾਹਿਬ ਨੇ ਕਿਹਾ ਕਿ ਨਹੀਂ ਕਿਹਾ, ਕਿਉਂਕਿ ਸੂਤਰਾਂ ਤੋਂ ਗੱਲ ਆਈ ਹੈ, ਪਰ ਜੇ ਉਹਨਾਂ ਨੇ ਕਿਹਾ ਤੇ ਬੜੀ ਚੰਗੀ ਗੱਲ, ਜੇ ਸੱਚੀ ਗੱਲ ਕੀਤੀ ਹੈ ਤੇ ਬਹੁਤ ਚੰਗੀ ਗੱਲ ਆ। ਪਰ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ, ਕਿਉਂਕਿ ਜਿਹੜੀ ਖਬਰ ਮੈਂ ਪੜ੍ਹੀ ਹੈ ਉਹਦੇ 'ਚ ਲਿਖਿਆ ਕਿ ਸੂਤਰਾਂ ਦੇ ਹਵਾਲੇ ਨਾਲ, ਪਰ ਗੱਲ ਸੱਚੀ ਹੈ। ਜੇ ਉਹਨਾਂ ਨੇ ਕਹੀ ਹੈ ਤਾਂ ਚੰਗੀ ਗੱਲ ਆ, ਔਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਤਾਂ ਆਪ ਸਮਝਾ ਕੇ ਇਹ ਗੱਲ ਥੱਕ ਗਏ ਸੀ ਕਿ ਪੰਜਾਬ ਨੇ ਬੜਾ ਜਿਹੜਾ ਹੈਗਾ ਵੱਡੀਆਂ ਜ਼ਿੰਮੇਵਾਰੀਆਂ ਔਖੇ ਹਾਲਾਤਾਂ ਦੇ ਵਿੱਚ ਨਿਭਾਈਆਂ ਨੇ, ਇਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ। ਜੇ ਉਹਨਾਂ ਨੇ ਕਿਹਾ ਤਾਂ ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਅੱਛੀ ਗੱਲ ਹੈ, ਚੰਗੀ ਗੱਲ। ਕੰਗਣਾ ਨੇ ਫਿਰ ਇੱਕ ਕਿਹਾ ਕਿ ਚਿੱਟਾ ਪੰਜਾਬ ਤੋਂ ਆਉਂਦਾ ਹੈ, ਪੰਜਾਬ ਦੇ ਲੋਕ ਲੜਾਕੇ ਨੇ ਔਰ ਚਿੱਟਾ ਜਿਹੜਾ ਪੰਜਾਬ ਤੋਂ ਆ ਰਿਹਾ ਹਿਮਾਚਲ ਤੋਂ। ਦੇਖੋ ਮੈਂ ਜਿਹੜੀ ਕੰਗਣਾ ਕੀ ਕਹਿ ਰਿਹਾ ਉਸ ਗੱਲ ਦਾ ਜਵਾਬ ਤਾਂ ਨਹੀਂ ਦੇਣਾ ਚਾਹੁੰਦਾ, ਪਰ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੈ ਕਿ ਬੀਜੇਪੀ ਬੜੀ ਆਪਣੇ ਆਪ ਨੂੰ ਅਨੁਸ਼ਾਸਨ ਪਸੰਦ ਜਿਹੜੀ ਪਾਰਟੀ ਹੈ ਉਹਦਾ ਹੋਣ ਦਾ ਦਾਅਵਾ ਕਰਦੀ।
ਹੁਣ ਪਿੱਛੇ ਪਾਰਟੀ ਦੇ ਪ੍ਰਧਾਨ ਨੇ ਵੀ ਬੁਲਾ ਕੇ ਤੇ ਉਹਨੂੰ ਕਹਿਤਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਫਿਰ ਉਸ ਤੋਂ ਬਾਅਦ ਵੀ ਜੇ ਕੋਈ ਕੁੜੱਤਣ ਵਾਲੇ ਨਫ਼ਰਤ ਵਾਲੇ ਬਿਆਨ ਦੇਈ ਜਾਂਦਾ ਤੇ ਮੈਂ ਤਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਪੁੱਛਦਾ ਕਿ ਤੁਸੀਂ ਇੰਨੇ ਹੈਲਪਲੈਸ ਕਿਉਂ ਹੋ? ਇੱਕ MP ਤੁਹਾਡੀ ਗੱਲ ਨਹੀਂ ਮੰਨਦਾ ਤੇ ਆਹ ਬਾਕੀ ਏਡੀ ਵੱਡੀ ਦੇਸ਼ ਦੀ ਜ਼ਿੰਮੇਵਾਰੀ ਫਿਰ ਤੁਸੀਂ ਕੀ ਨਿਭਾਓ? ਇਹ ਉਹਨਾਂ ਤੇ ਬੀਜੇਪੀ ਦੀ ਲੀਡਰਸ਼ਿਪ ਤੇ ਕੁਐਸਚਨ। ਇਹਦਾ ਮਤਲਬ ਹੈ ਕਿ ਜਾਂ ਤਾਂ ਸਿਰਫ ਵਿਖਾਵੇ ਵਾਸਤੇ ਕਿਹਾ ਜਾਂਦਾ ਤੇ ਅੰਦਰ ਖਾਤੇ ਫਿਰ ਉਹਨੂੰ ਨਾਲ ਹੈਗਾ ਕਿ ਤੂੰ ਆਪਣਾ ਕੰਮ ਕਰੀ ਜਾ, ਵੀ ਅਸੀਂ ਲੋਕਾਂ ਚ ਹੀ ਕਹਿਣਾ ਸੀ ਕਹਿਤਾ। ਨਹੀਂ ਤਾਂ ਕਿੱਦਾਂ ਹੋ ਸਕਦਾ ਕਿ ਪਾਰਟੀ ਦੇ ਪ੍ਰਧਾਨ ਦਾ ਹੁਕਮ ਹੋਵੇ ਤੇ ਪਹਿਲੀ ਵਾਰੀ ਕੋਈ MP ਬਣੀ ਹੋਵੇ ਤੇ ਉਹ ਉਸ ਤੋਂ ਬਾਅਦ ਵੀ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਇਨਡਿਸਿਪਲਿਨ ਦੇ ਕੰਮ ਹੈ ਉਹ ਕਰੀ ਜਾਵੇ? ਇਹ ਉਹਨਾਂ ਦੀ ਕੰਸੈਂਟ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਇਹ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕਿਉਂ ਤੁਸੀਂ ਇੰਨੇ ਹੈਲਪਲੈਸ ਹੋ ਕਿ ਇੱਕ MP ਤੁਹਾਡੀ ਜਿਹੜੀ ਹੈ ਵਾਰ ਵਾਰ ਇਹ ਚੀਜ਼ਾਂ ਕਰਨ ਤੋਂ ਜਿਹੜੀ ਹੈ ਉਹ ਪਿੱਛੇ ਜਾਣ।